अल्लाक वली कल्हुजिबिन हसन सलवात का अल वाला अबाही फ़िहा सातिन वफिक्ल सात सात लेर वलीम वह फ़िज़म व का इदम वन शरम व दलीलम वायन हताओ तस्किनहू अर जक़ातन वत फिहा अहल दुनिया ने अजब शोर मचा रखा है بد ا تو کفر کو سلام بنا رکھا ہے گھر تجھے توحید بچانی ہے خدا بھیج اسے جسے پردے میں چھپا رکھا ہے دعا ہے مالک کائنات اللہ تواڈا سارے دے اس پاک جگ تے تورا اے مالک اپنے بارگاہ وچ قبول تے منظور فرماوے جتنے قدم چل کے آیو مالک قدم قدم دے گناہ معاف فرماوے جتنی ہسرتاں لے کے حسین بادشاہ دے ویڑے آیو مالک ہسرتاں پوری فرماوے मालिक कल्ला जितने बानियान दे दिल हजात मालिक पूरियाँ फरमा मालिक इन्ह दी तोीक खैर चजाफा फरमा मालिक अल्ह जड़े मोमन बे औलाद न बेलहसूस एक मोमन दी दुआ लगी है जुम्मे मालिक बे औौलाद है मालिक कोला दिन और अता फरमा मालिक जिस कोई नहीं हुसैन बादशाह चार साल मासूमा धी दिन कदम त चलन आता फरमा मालिक इस पौर सोभ दौर हर कह माल जान इज्जत वागरू की हिफाजत फरमा मालिक अल्लाह संघ सारू उतनी देर तक मौत ना वे जितनी देर ती करी मैं करबला दे रोजे दबारी नसीब ना हो जावे मालिक लखा दुआव दुआ, वा दुआ वारिस जमन हु जाते दौरान द जल्द अ जल्द हूर फरमा सलवा तीस पढ़ो कि तमाम दुआव मुस्तजाब हो जाए काफ़ी सारे अहबाब बैठे हो बाबाजी बुलन सलवाद पढ़ो जी ये जोड़े पिछे बैठे हो मेहरबानी करो थोड़ थोड़े थोड़े अगर आ जाओ मजलबाद का माहौल बन जाए सलवाद पढ़ो बाबाजी बोलन जी फिर भी सलवाद पढ़ो बाबाजी बुलन नारे तकबीर नारे तकबीर नारे रसालत नार सालत नारे हैदरी हैदरी हुसैनियत, हुसैनियत, यजीदियत यजीदियत कातलाानुसैन चलानत बालवाद पड़ोज़ी बिस्मिल्ला हे राम रही या कसफल कर बे अनुआजल से ਖਿਫ ਕਰ ਬੇ ਵਕਰ ਬਲ ਮਮਨੀ ਨਬ ਹੱਗੇ ਅਫੀ ਕਲ ਹੁਸੈਨ ਯਾ ਪਬਲ ਹਵਾਏ ਜ ਯਾ ਮਸਾਇਦ ਅਦ੍ਰਿਕਨੀ ਅਦ੍ਰਿਕਨੀ ਫੀ ਸਬੀਲ ਲਲਾ ਮਾਲਕ ਸੈਨ ਦੇਵ ਵਿਹੜ ਦਾ ਸੁਣ ਮਮਨ ਦੀ ਫਰਿਆਦ ਦੁਆ ਵਾਸਤੇ ਹੱਥ ਉਲੰਧ ਕਰੋ ਅੱਗੇ ਆਪਣੇ ਵਾਸਤੇ ਦੁਆ ਕੀਤੀ ਹੁਣ ਸਾਈਆਂ ਦੇ ਵਹਿੜੇ ਵਾਸਤੇ ਦੁਆ ਕਰਦਾ ਮਾਲਕ ਸੈਨ ਦੇ ਵਹਿੜੇ ਦਾ ਸੁਣ ਮਮਨ ਦੀ ਫਰਿਆਦ ਹੁਣ ਉਜੜੇ ਵਹਿੜੇ ਆਵਾਸ ਪੋਏ ਨਹੀਂ ਜਾਗਤ ਆਉਂਦੀ ਮਾਂ ਦੇ ਜੜਾ ਕਫਨ ਦੇ ਵਿੱਚ ਰਿਆ ਰਾਤ ਰੋਂਦਾ ਤੇ ਘਰ ਭੈਣ ਦੇ ਸਦ ਮਿਆਦੇ ਹੁਣ ਹੋਸ਼ ਥੀ ਵੇ ਨਾ ਰਾਤ ਰਵੇ ਮੇਰੇ ਪੀਰ ਦਾ ਪੁੱਤ ਰ ਸਜਾਤ

ਜਿਸ ਦਾ ਨਾਮ ਅਲੀ ਅਕਬਰ ਅਮੀਰ ਬਣ ਕੇ ਸੁਣੋ ਤੁਹਾਡੀ ਆਪਣੀ ਮਰਜ਼ੀ ਹੈ ਸੋਹਣਾ ਐਡਾ ਹੀ ਜਦਾ ਦੁਨੀਆ ਤੇ ਆਏ ਜ਼ੈਦੀ ਸਾਫ ਫਰਮੈਂਦਨ ਅਕਬਰ ਜਦਾ ਦੁਨੀਆ ਤੇ ਆਏ ਹੁਸੈਨ ਸਮਣਾ ਛੋੜ ਦਿੱਤਾ ਪੁੱਤਰ ਨਾਲ ਇਤਨਾ ਪਿਆਰ ਅਸ ਜਿਸ ਵਕਤ ਨਮਾਜ਼ ਤੋਂ ਫਾਰਗ ਹੁੰਦੇ ਹਨ ਪੁੱਤਰ ਦਾ ਮੂੰਹ ਚੁੰਮਦੇ ਹਨ ਅਦਰਾਤ ਲੈ ਉੱਠੀ ਉੱਠੀ ਕੇ ਪੁੱਤਰ ਦਾ ਮੂੰਹ ਚੁੰਮਦਾ ਕਰਬਲਾ ਦੇ ਮੈਦਾਨ ਚ ਅਕਬਰ ਜਦਾ ਜ਼ੀਨ ਤੁਲਥੇ ਮੇਰੇ ਇਮਾਮ ਤੁਰਦੇ ਉੱਥੇ ਆਇਆ ਜਿੱਥੇ ਅਕਬਰ ਆਇਆ ਅਕਬਰ ਦਾ ਸਰ ਉੱਥੇ ਰਖਿਆ ਜਿੱਥੇ ਅਕਬਰ ਤੋਂ ਪਹਿਲੇ ਜੌਨ ਦਾ ਸਰ ਰਖਿਆ ਸੀ ਪੁੱਤਰ ਦਾ ਸਰ ਜਨ ਉੱਤੇ ਰੱਖੇ ਅੱਖਾਂ ਚੁਰਾਤ ਪੁੰਜੀਸ ਅੱਖਾਂ ਚ ਕਰਬਲਾ ਦੀ ਧੂੜ ਸਾਫ਼ ਕੀਤੀਸ ਅਕਬਰ ਬਾਬੇ ਦੇ ਪਾਸ ਵੇ ਗਿਆ ਦੇ ਬਾਬਾ ਘੋੜੇ ਤੂੰ ਮੈਂ ਜਣਿਆ ਮਿੱਟੀ ਤੁਹਾਡੇ ਚਿਹਰੇ ਤੇ ਲੱਗ ਗਈ ਸਯਾਦਾ ਅਕਬਰ ਤੂੰ ਇੱਕ ਵਾਰ ਜਣਿਆ ਮੈਂ ਕਦਮ ਕਦਮ ਤੈ ਝਣਦਾ ਐ ਅਕਬਰ ਆਦੇ ਬਾਬਾ ਮੇਰੇ ਤੈ ਕਿਵੇਂ ਆਇਓ ਪੁੱਤਰ ਦਾ ਜ਼ਖਮੀ ਸੀਨਾ ਝੁਮ ਗਿਆ ਦੇ ਘੜਨ ਬਾਉਆ ਖਾਇਆ ਤੇਰੇ ਲਾਸ਼ ਤੇ ਤੇ ਪਿਛੋਂ ਫੌਜ ਸੜੇਂਦੀ ਰਹਿ ਗਈ سید درو کیا دن تیرا زینت لہنا او ہائے اکبر تیری امڑی خاک تے بہ گئی پتر دے پاس ویکھے سید ادن اکبر تو جوانے میں بڈڑا پتر جوان ہو جاون بڈڑے پیواں دی حسرت دل اچ رہ ویندی اک حسرت میری اکبر دا بابا کیڑی حسرت ਪੁੱਤਰ ਦਮੋਂ ਝੁਮ ਗਿਆ ਦ ਅਜ ਵਥਾ ਨਹੋਂਦਾ ਤੈਨੂੰ ਸਹਰੇ ਪਾਂਦਾ ਤੇ ਇਹ ਹਸਰਤ ਦਿਲ ਵਿੱਚ ਰਹਿ ਗਈ ਸਯਾਦਾ ਦਿਨ ਤੇਰੇ ਪੁੱਤਰ ਹੁੰਦੇ ਮੈਂ ਮਹਾਰਤ ਜਿੰਦਾ ਤੇਰੀ ਲਾਸ਼ਾ ਜ ਚਾਵਣੀ ਫਗ ਲੀਂਧੀਆਂ ਤੁਹਾਡੇ ਤਰਾਜ਼ੀ ਜੋਂ ਅੱਖਾਂ ਸਾਫ਼ ਕਰਕੇ ਬਾਬਾ ਜੀ ਬੁਲਨ ਸਲਾਵਾਤ ਪੜੋ ਜੀ ਫਿਰ ਵੀ ਸਲਵਾਤ ਪੜੋ ਵਾ ਵਾਜ਼ੀ ਬੁਲੰਦ ਜੀ ਕਾਫੀ ਸਾਰੇ ਹਬਾਬ ਉਹ ਜਿਹੜੇ ਕੋਸ਼ਿਸ਼ ਕਰੋ ਉੱਚੀ ਸਲਵਾਤ ਪੜੋ ਤੇ ਮੈਂ ਦੋ ਗੱਲਾਂ ਕਰ ਲਵਾਂ ਉਸ ਤੋਂ ਬਾਅਦ ਭਾਈ ਆ ਗਏ ਨੇ ਇਨਸ਼ਾ ਅੱਲਾ ਜ਼ਿਆਦਾ ਜ਼ਹਿਮਤ ਨਹੀਂ ਦੇਵਣੀ ਵਾ ਵਾਜ਼ੀ ਬੁਲੰਦ ਸਲਵਾਤ ਪੜੋ ਜੀ ਮੇਰਾ ਦਿਲ ਹੈ ਉਸ ਇਮਾਮ ਦਾ ਫਜ਼ਾਇਲ ਦਾ ਇੱਕ ਜੁਮਲਾ ਅਦਾ ਕਰਾਂ ਝੜਾ ਸਾਡੇ ਦੌਰ ਦੇ ਇਮਾਮ ਦੇ ਵੀ ਬਾਬਾ ਹੈ ਠੀਕ ਹੈ ਜੀ ਇਮਾਮ हसन ਅਸਕਰੀ بادشاہ ਦਾ ਸਲਵਾਤ ਪੜੋ ਇਮਾਮ ਦੀ ਜ਼ਾਤ ਤੇ ਇਮਾਮ ਨੂੰ ਦਰਬਾਰ ਇਸ ਬੁਲਾਇਆ ਮੌਤਮਦ ਬਿੱਲਾ ਨੇ ਅੱਲਾ ਦਿਲਾਨਤ ਉਸ ਦਰਬਾਰ ਇਸ ਬੁਲਾਕੇ ਆਪਣੇ ਫੌਜੀਆ ਨੂੰ ਭਿਆਦੇ ਮੈਂ ਚਾਹਨਾ ਜੋ ਹਸਨ ਅਸਕਰੀ ਨੂੰ ਅਸਕਰੀ ਉਸ ਬਾਦਸ਼ਾਹ ਨੂੰ ਆ ਦਿਨ ਜਿਸ ਦਾ ਲਸ਼ਕਰ ਸਭ ਤੋਂ ਵੱਡਾ ਹੋਵੇ ਫੌਜ ਜਿਸ ਤਰ੍ਹਾਂ ਸਾਡੀ ਫੌਜ ਨੂੰ ਅਸਕਰੀ ਕੀ ਆਦਤ ਆਖਿਆ ਜਾਂਦਾ ਹੈ ਅਸਕਰੀ ਉਸ ਫੌਜ ਨੂੰ ਆਖਿਆ ਜਾਂਦਾ ਹੈ ਉਸ ਬੰਦੇ ਨੂੰ ਆਖਿਆ ਜਾਂਦਾ ਹੈ ਉਸ ਨੂੰ ਲਕਬ ਦਿੱਤਾ ਜਾਂਦਾ ਹੈ ਜਿਸ ਦੀ ਫੌਜ ਦੀ ਇੰਤਹਾ ਕੋਈ ਨਾ ਹੋਵੇ ਠੀਕ ਹੈ ਜੀ ਦਰਬਾਰ ਵਿੱਚ ਬੁਲਾਇਆ ਸੀ ਮੌਤ ਮਦ ਬਿੱਲਾ ਆਪਣੇ ਬੰਦਿਆਂ ਨੂੰ ਜਿੱਥੋਂ ਜਿੱਥੋਂ ਤੱਕ ਕਿਸ ਦੀ ਹਕੂਮਤ ਹੈ ਹਰ ਇੱਕ ਨੂੰ ਆਦੇ ਮੈਨੂੰ ਲਸ਼ਕਰ ਭੇਜੋ ਮੈਂ ਦੱਸਣਾ ਚਾਹਨਾ ਅਲੀ ਦੇ ਪੁੱਤਰ ਨੂੰ ਜੋ ਮੇਰਾ ਕਿੰਨਾ ਵੱਡਾ ਲਸ਼ਕਰ ਹੈ ਮੈਂ ਦੱਸਣਾ ਚਾਹਨਾ ਤੁਮੇਰਾ ਲਸ਼ਕਰ ਕਿੰਨਾ ਵੱਡਾ ਹੈ ਟਿੱਬੇ ਤੇ ਇੱਕ ਉੱਚਾ ਜਿਹਾ ਟਿੱਬਾ ਬਣਵਾਇਆ ਸ ਮਿੱਟੀ ਦਾ ਟਿੱਬਾ ਬਣਾ ਕੇ ਉੱਤੇ ਬਹਿ ਗਿਆ ਆਪਣੀ ਫੌਜ ਇਕੱਠੀ ਕਰਨੀ ਸ਼ੁਰੂ ਕੀਤੀ ਜਦੋਂ ਫੌਜ ਇਕੱਠੀ ਹੋ ਗਈ ਫਿਰ ਆਦਾ ਹੁਣ ਦਰਬਾਰ ਚੋਂ ਹਸਨ ਅਸਕਰੀ ਨੂੰ ਬੁਲਾਓ ਤੇ ਮੈਂ ਉਹਨੂੰ ਦੱਸਾਂ ਮੇਰੀ ਫੌਜ ਕਿਤਨੀ ਫਿਰ ਉਸ ਨੂੰ ਦੱਸਾਂ ਮੇਰੀ ਫੌਜ ਕਿਤਨੀ ਇਮਾਮ ਹਸਨ ਅਸਕਰੀ ਬਾਦਸ਼ਾਹ ਇਸ ਦੇ ਕਰੀਬ ਆ ਉਸ ਉੱਚੇ ਟਿੱਬੇ ਤੇ ਬਹਿ ਗਏ ਇਸ ਨਸ਼ਿਸਤ ਪੇਸ਼ ਕੀਤੀ ਇਮਾਮ ਬਹਿ ਗਏ ਫੌਜਾਂ ਦੇ ਢੇਰ ਲਵਾ ਕੇ ਆਦਾ ਪੇ ਹਸਨ ਅਸਕਰੀ ਵੇਖ ਮੇਰੀ ਕਿਤਨੀ ਫੌਜ ਹੈ ਦਸਾ ਤੇਰੇ ਕੋਲ ਇਤਨਾ ਲਸ਼ਕਰ ਹੈ ਇਮਾਮ ਜ਼ਮਾਨਾ ਦੇ ਬਾਬਾ ਮੁਸਕਰਾ ਕੇ ਆਦਨ ਮੇਰੀ ਵੇਖਣਾ ਚਾਹਨੇ ਤੇ ਆਪਣੀਆਂ ਅੱਖਾਂ ਨਹੀਂ ਦਿਲ ਦੀਆਂ ਅੱਖਾਂ ਖੋਲ ਆਦੇ ਅੱਛਾ ਦਸਾਉ ਤੇ ਸਹੀ ਤੁਹਾਡੀ ਫੌਜ ਕਿਤਨੀ ਇਮਾਮ ਫਰਮਾਇਆ ਅੱਛਾ ਜਿੱਥੇ ਬੈਠੇ ਨਾ ਇੱਕ ਵਾਰੀ ਉਸ ਦੇ ਸਾਹਮਣੇ ਆਪਣੀ ਫੌਜ ਜਿੱਥੇ ਤੇਰੀ ਮੁਕਦੀ ਏ ਉੱਥੋਂ ਮੇਰੀ ਸ਼ੁਰੂ ਪਈ ਹੁੰਦੀ ਅਦੇ ਦਸੋ ਤਾਂ ਸਹੀ ਸਰਕਾਰ ਫਰਮਾਇਆ ਜੇ شمال ਵਾਲੇ ਤੇ ਜਨੂਬ ਵਾਲੇ ਪਾਸੇ ਦੇਖ ਜੇ ਜਨੂਬ ਵਾਲੇ شمال ਹਲ ਵੇਖ ਜੇ ਮਗਰਬ ਵਾਲ ਵੇਖ ਸਕਦੇ ਮਗਰਬ ਹਲ ਵੇਖ ਮਸ਼ਰਕ ਹਲ ਵੇਖ ਸਕਦੇ ਮਸ਼ਰਕ ਹਲ ਵੇਖ ਚੋਂ ਪਾਸਿਓ ਇਸ ਨਜ਼ਰ ਭਵਾਈ ਤੇ ਲਸ਼ਕਰਾਂ ਦੇ ਅੰਬਾਰ ਟੁਰਦੇ ਨਜ਼ਰ ਆਏ ਪਰੇਸ਼ਾਨ ਹੋ ਗਿਆ ਅਤੇ ਇਤਨੀ ਲਸ਼ਕਰ ਸਰਕਾਰ ਫਰਮਾਇਆ ਘਬਰਾ ਨਹੀਂ ਜਿੱਥੇ ਬੈਠੇ ਜ਼ਮੀਨ ਦੇ ਪਾਸ ਵੇਖ ਅੱਤੇ ਤੇ हसन ਇਸਕਰੀ ਦਾ ਲਸ਼ਕਰ ਟੁਰਦਾ ਪਈ ਹੈ ਜ਼ਮੀਨ ਅਲੇ ਪਾਸ ਵੇਖਿਆ ਲਸ਼ਕਰ ਦੇ ਲਸ਼ਕਰ ਫਿਰ ਘਬਰਾ ਗਿਆ ਅਤੇ ਇਤਨਾ ਲਸ਼ਕਰ ਸਰਕਾਰ ਅਤੇ ਪਰੇਸ਼ਾਨ ਨਾ ਹੋ ਇੱਕ ਵਾਰੀ ਅਸਮਾਨ ਵਾਲੇ ਪਾਸੇ ਵੇਖ ਅਸਮਾਨ ਵਾਲੇ ਪਾਸੇ ਵੇਖਿਆ ਜਿੰਨਾਂ ਦੀ ਡਿਊਟੀ ਅੱਲਾ ਫਕਤ ਇਬਾਦਤ ਰੱਖੀ ਉਹਨਾਂ ਕੋ ਲੂ ਤਸਬੀਹ ਛੋੜ ਕੇ ਆਦਾ ਪਿਆ ਅੱਲਾ ਦੀ ਆਵਾਜ਼ ਆਈ ਜਲਦੀ ਕਰੋ ਮੇਰੇ ਹਸਨ ਦਾ ਲਸ਼ਕਰ ਬਣ ਜਾਓ ਮੇਰੇ ਹਸਨ ਦਾ ਲਸ਼ਕਰ ਬਣ ਜਾਓ ਇਤਨਾ ਲਸ਼ਕਰ ਵੇਖ ਕੇ ਘਬਰਾ ਕੇ ਪਿਆਦਾ ਮੰਨ ਗਿਆ ਤੂੰ ਹੀ ਹਸਨ ਅਸਕਰੀ ਹੈ ਸਲਵਾਤ ਪੜੋ ਇਮਾਮ ਦੀ ਜ਼ਾਤ ਤੇ ਬਵਾਜ਼ਿਬੁਲ امام ਨੂੰ ਜਦਾਂ ਬੁલાਇਆ ਸੁਣਾ ਵਤਨ ਤੋਂ ਭੇਜਿਆ ਆਪਣੇ ਸਿਪਾਹੀਆਂ ਨੂੰ ਨਾਲ ਟੋਰ ਕੇ ਇਮ ਐਨ ਇਸ ਦੇ ਸਿਪਾਹੀਆਂ ਦੇ ਵਿੱਚ ਇੱਕ ਬੰਦਾ ਹੈ ਜਿਹੜਾ ਇਨ੍ਹਾਂ ਦਾ ਸ਼ੀਆ ਹੈ ਆਲੇ ਮੁਹੰਮਦ ਦਾ ਉਹ ਨਾਲ ਇਸ ਲਸ਼ਕਰ ਦੇ ਲਸ਼ਕਰ ਟੁਰਿਆ ਇਕ ਜਗ੍ਹਾ ਤੇ ਆਕੇ ਇੱਕ ਐਸੀ ویرਾਨ ਜੀ ਜਗਾ ਲਸ਼ਕਰ ਜਿਥੋਂ ਟੁਰਿਆ ਮਦੀਨੇ ਦੀ ਢੇਰ ਸਾਰੀ ਮੁਸਾਫਤ ਵਸਕਾਰ ਆਕੇ ਉਹਨਾਂ ਦੇ ਬੰਦਿਆਂ ਇੰਜ ਮੁਸਕਰਾ ਕੇ ਉਹ ਜੜਾ ਅਲੀ ਅਲਾ ਹਾਈ ਨਾ ਉਸ ਨੂੰ ਤੰਜ਼ ਕਰਕੇ ਪੈਦਨ ਯਾਰ ਕੈਸੀ ਝੱਲੀ ਕੋ ਮਸ਼ੀਆ ਜਿਨ੍ਹਾਂ ਦੇ ਇਤਨੇ ਝੱਲੇ ਇਮਾਮ ਹਨ ਉਹ ਇਤਨੇ ਐਸੇ ਇਮਾਮ ਹਨ ਉਹਨਾਂ ਦਾ ਫਰਮਾਨ ਹੈ ਅਲੀ ਬਾਦਸ਼ਾਹ ਦਾ ਫਰਮਾਨ ਹੈ ਕਾਇਨਾਤ ਚ ਕੋਈ ਐਸੀ ਜਗਾ ਨਾ ਹੋਸੀ ਜਿਥੋਂ ਮਾਸ਼ਰ ਵਾਲੇ ਦਿਨ ਕੋਈ ਮਰਦਾ ਜ਼ਿੰਦਾ ਨਾ ਹੋਇਆ ਜਿੱਥੋਂ ਕੋਈ ਮਰਦਾ ਜ਼ਿੰਦਾ ਨਾ ਆਇਆ ਅਦੇ ਕੈਸੀ ਝੱਲੀ ਕੋ ਮਸੀਆ ਉਸ ਨੂੰ ਇਮਾਮ ਮੰਨ ਲੈਂਦੇ ਹੁਣ ਇੱਥੇ ਕਿਸੇ ਦੁਨੀਆਦਾਰੀ ਦਾ ਟੱਕ ਹੀ ਨਹੀਂ ਬਣਦਾ ਜਿਸ ਜਗ੍ਹਾ ਤੇ ਅਸੀਂ ਖੜਿਆ ਇੱਥੇ ਦੂਰ ਦੂਰ ਤੱਕ ਕੋਈ ਆਬਾਦੀ ਤਾਂ ਹੈ ਕੋਈ ਨਹੀਂ ਟੁਰ ਪਿਆ ਉਸ ਇੱਥੇ ਗੱਲ ਕੀਤੀ ਮਦੀਨੇ ਚ ਹਸਨ ਬਾਦਸ਼ਾਹ ਸੁਣ ਲਈ ਉਸ ਇੱਥੇ ਗੱਲ ਕੀਤੀ ਮਦੀਨੇ ਹਸਨ ਬਾਦਸ਼ਾਹ ਸੁਣ ਲਈ ਟੁਰੇ ਉੱਥੇ ਆ ਗਏ ਨਿਮਾ ਮੇ ਹਸਨ ਇਸ ਕਰੀ ਬਾਦਸ਼ਾਹ ਦੇ ਦਰਵਾਜ਼ੇ ਬਾਦਸ਼ਾਹ ਤੁਹਾਨੂੰ ਹੁਕਮ ਦਿੱਤਾਸ ਉਹ ਆਪਣੇ ਵਤਨ ਤੇ ਬੁਲਾ ਰਿਹਾ ਠੀਕ ਹੈ ਸਰਕਾਰ ਫਰਮਾਇ ਲੇਕਿਨ ਦੋ ਦਿਨ ਇੰਤਜ਼ਾਰ ਕਰੋ ਮੈਂ ਦੋ ਦਿਨ ਨਾਨੇ ਦੀ ਜ਼ਰੀ ਤੇ ਇਬਾਦਤ ਵੀ ਕਰਨੀ ਔਰ ਮੈਂ ਕੁਝ ਗੱਲਾਂ ਵੀ ਕਰਨੀਆਂ ਔਰ ਮੈਂ ਕੁਝ ਲਿਬਾਸ ਤਿਆਰ ਕਰਨੇ ਠੀਕ ਹੈ ਲਿਬਾਸ ਤਿਆਰ ਹੋਣ ਲੱਗ ਪਏ ਇਮਾਮ ਗਰਮੀ ਦੇ ਮੌਸਮ ਵਿੱਚ ਸਰਦੀਆਂ ਵਾਲੇ ਲਿਬਾਸ ਸ਼ੁਰੂ ਕਰ ਦਿੱਤੇ ਗਰਮੀਆਂ ਦੇ ਮੌਸਮ ਵਿੱਚ ਸਰਦੀਆਂ ਵਾਲੇ ਲਿਬਾਸ ਬਾਬਾ ਜੀ ਬਣਾਉਣੇ ਸ਼ੁਰੂ ਕਰ ਦਿੱਤੇ ਉਜੜੀ ਫੌਜ ਆਈ ਨਾ ਉਸ ਪਾਸੇ ਵਾਲੇ ਪਰੇਸ਼ਾਨ ਹੋ ਗਏ ਯਾਰ ਕੈਸੀ ਜੱਲੀ ਕੋ ਮੈਂ ਪਹਿਲੇ ਅਸੀਂ ਆਖੇ ਉਹ ਸਹਰਾ ਵਿੱਚ ਨਾ ਇੱਥੇ ਕੋਈ ਬੰਦਾ ਐ ਨਾ ਕੋਈ ਆ ਸਕਦਾ ਇੱਥੇ ਕਿਸ ਦੀ ਕਬਰ ਬਣ ਸਕਦੀ ਹੁਣ ਐਸਾ ਜੱਲੇ ਇਮਾਮ ਨੇ ਨਾ ਦੇ ਜੜੇ ਦੇਖੋ ਇਤਨੀ ਗਰਮੀ ਦੇ ਮੌਸਮ ਵਿੱਚ ਸਰਦੀਆਂ ਵਾਲੇ ਲਿਬਾਸ ਬਣਾ ਰਹੇ ਜਿਸ ਵਲ ਲਿਬਾਸ ਤਿਆਰ ਹੋਗਾ ਇਮਾਮ ਅਖਾ ਟੁਰ ਪੋਵੋ ਐਨ ਉਸ ਜਗ੍ਹਾ ਤੇ ਜਿਸਵਲ ਲਸ਼ਕਰ ਪਹੁੰਚਿਆ ਨਾ ਇਮਾਮ ਆਖਿਆ ਮੇਰਾ ਦਿਲ ਪੇ ਕਰ ਦੇ ਇਥੇ ਟਿੱਬਿਆਂ ਦੇ ਉੱਤੇ ਆਪਣੇ ਖੇਮੇ ਲਾਓ ਅੱਜ ਰਾਤ ਕਿਆਮ ਕਰੀਏ ਕਿਆਮ ਦਾ ਨਾਮ ਆਇਆ ਉਸ ਸਹਰਾ ਵਿੱਚ ਥੋੜੀ ਦੇਰ ਬਾਅਦ ਇਤਨੀ برفਬਾਰਿਸ਼ ਸ਼ੁਰੂ ਹੋਈ ਜਦੋਂ برفਬਾਰਿਸ਼ ਸ਼ੁਰੂ ਹੋਈ ਨਾ ਉਹਦਾ ਅੱਧਾ ਲਸ਼ਕਰ ਮਰ ਗਿਆ ਉਸ ਵਲੇ हसन ਐਸਕਰੀ ਬਾਦਸ਼ਾ ਆਪਣੇ ਨੌਕਰ ਨੂੰ ਬੁਲਾ ਕੇ ਪਿਆਦਨ ਜਾ ਇਹਨਾਂ ਨੂੰ ਆਖ ਉਸ ਝੱਲੀ ਕੌਮ ਦਾ ਇਮਾਮ ਪਿਆਦਾਏ ਸਰਦੀ ਲੱਗਦੀ ਹੈ ਤੇ ਠੰਡੇ ਕੱਪੜੇ ਵੇ ਵਾਂ ਠੰਡੇ ਕੱਪੜੇ ਦੇਵਾਂ ਪਰੇਸ਼ਾਨ ਹੋ ਗਏ ਯਾਰ ਇਸੇ ਸਹਿਰਾ ਵਿੱਚ ਬਰਫਬਾਰੀ ਐਸੀ ਗੱਲ ਉਹ ਬੰਦੇ ਟੁਰਦੇ ਇਮਾਮ ਦੇ ਕੋਲ ਆਏ ਸਰਕਾਰ ਫਰਮਾਇਆ ਤੂੰ ਕੀ ਆਖੇ ਮੇਰੇ ਦਾਦੇ ਅਲੀ ਦਾ ਫਰਮਾਨ ਪੜਿਆ ਤੇ ਤੂੰ ਸਨ ਝੱਲਾ ਆਖਿਆ ਆ ਤੈਨੂੰ ਦੱਸਦਾ ਤੂੰ ਆਦਾ ਹੈ ਜਿੱਥੇ ਦੁਨੀਆਦਾਰੀ ਦੀ ਕੋਈ ਬੰਦਾ ਆ ਨਹੀਂ ਸਕਦਾ ਦੇਖ ਉੱਥੇ ਮੈਂ ਮਰਦੇ ਸਵਾ ਨਹੀਂ ਛੋੜੇ ਸਲਵਾਤ ਪੜੋ ਇਮਾਮ ਦੀ ਜਾਤ ਤੇ ਬਾਵਾਜ਼ੂ ਬੁਲੰਦ ਫਿਰ ਵੀ ਇਹ ਸਲਵਾਤ ਪੜੋ ਬਹਾਵਾਜ਼ੇ ਬੋਲਾਂ ਬੜਾ ਸੋਹਣਾ ਪੁੱਤਰ ਆਇ ਹੁਸੈਨ ਦਾ ਜਿੰਦਾਨਾ ਅਲੀ ਅਕਬਰ ਦੁਨੀਆ ਤੇ ਆਇਆ ਤਰੇ ਦਿਨਾਂ ਬਾਅਦ ਸੱਕੀ ਭੈਣ ਭਿਰਾ ਨੂੰ ਪੁੱਤਰ ਦੀ ਮubarak ਦੇਵਣ ਟੁਰ ਪਈ ਭਿਰਾ ਦੇਹੜੇ ਛਾਕੇ ਰੋਕ ਪਿਆ ਦੀ ਹੁਸੈਨ ਬਾਦਸ਼ਾਹ ਪੁੱਤਰ ਦੁਨੀਆ ਤੇ ਆਵਨ ਤੇ ਲੋਕ ਖੁਸ਼ ਹੁੰਦੇ ਨੇ ਪੁੱਤਰ ਦੁਨੀਆ ਤੇ ਆਵਨ ਤੇ ਲੋਕ ਖੁਸ਼ ਹੁੰਦੇ ਰੋਂਦੀ ਇਸ ਵਜ੍ਹਾ ਤੋਂ ਆ ਨਾਨੇ ਦੀ ਸ਼ਕਲ ਅੱਲਾ عطا ਕੀਤੀ ਲੇਕਿਨ ਮਹਦੀ ਲਾਹ ਦੇ ਮਸ ਵੇਲੇ ਇਸ ਲੈ ਜਾਵਣੇ ਅੱਛਾ ਭੇਣ ਮੁਬਾਰਕ ਜੋ ਦੇ ਮਣਾਇਓ ਤੇ ਕੁਝ ਮੰਗੋ ਮੈਂ ਅਕਬਰ ਦੇ ਵਾਸਤੇ ਅਕਬਰ ਦਾ ਸਦਕਾ ਜ ਵੰਡਦਾ ਪਿਆ ਕੁਝ ਮੰਗੋ ਮੰਗਣ ਵਾਲੀ आलिया ਦੇਵਨ ਅਲਾ ਹੁਸੈਨ ਬੀਬੀ ਪਿਆਦੀ ਜੇ ਦੇ ਸੰਗ ਦਾਇਨਾ ਇਹੋ ਅਕਬਰ ਮੈਨੂੰ ਚਾ ਦੇ ਦੇ ਸਕਦੀ ਨਾ ਇਹੋ ਅਕਬਰ ਮੈਨਸਾ ਦੇ ਚਾ ਕੇ ਨਾ ਭੈਣ ਦੇ ਹਵਾਲੇ ਕਰਕੇ ਸਖੀ ਉਲਸ ਖਿਆਦ ਪੁੱਤਰ ਅਕਬਰ ਨੂੰ ਚਾ ਕੇ आलिया ਦੇ ਹੱਥਾਂ ਤੇ ਰੱਖ ਕੇ ਥਿਰੋ ਕੇ ਪਿਆਦਨ ਅੱਛਾ ਮਹਿਕ ਮੋਇਨਾ ਮੁੱਦਤ ਤੱਕ ਪੁੱਤਰ ਦੇ ਰਿਆਂ ਲਹਿੰਦੀ ਮਸਤ ਵਾਦਾ ਕਰਦਾ ਮੈਂ ਅਕਬਰ ਤੇਰੇ ਕੋਲ ਮੰਗਸਾ ਨਹੀਂ ਜਦ ਅਕਬਰ ਦੀ ਦਾੜੀ ਲੈ ਪਈ ਭੈਣ ਇਨਕਾਰ ਨ ਕਰੇ ਦਿਨ ਠੀਕ ਹੈ ਵਕਤ گزر ਗਿਆ ਇੰਜ ਦਾ ਪੁੱਤਰ ਨੂੰ ਪਾਲਿਆ ਬੁਰਖ ਦੇ ਅੰਦਰ ਵਿੱਚ ਕਦੀ ਅਕਬਰ ਦੇ ਚੋਲੇ ਦੇ ਨਾਲ ਮਿੱਟੀ ਨਾ ਇਸ ਲੱਗਣ ਦਿੱਤੀ ਇਤਨਾ ਪਿਆਰ ਕੀਤਾ ਜਦ ਫਿੱਦੀਆ ਬਣਨ ਨਾ ਮਿਰਾਦ ਦੇ ਮੌਕੇ ਤੇ ਇਬਰਾਹੀਮ ਛੁਰੀ ਰੱਖੀ ਆਪਣੇ ਪੁੱਤਰ ਦੇ ਗਾਲੇ ਗਲ ਤ ਛੁਰੀ ਰੱਖੀ ਜਦਾਂ ਛੁਰੀ ਚੱਲ ਗਈ ਨਾ ਇਸਮਾਇਲ ਬਚ ਗਿਆ ਦੰਬਾ ਜ਼ਬਾ ਹੋ ਗਿਆ ਜਨਾਬ ਇਬਰਾਹੀਮ ਪਿੱਛੇ ਹੋ ਕੇ ਨਾ ਅੱਲਾ ਨੂੰ ਬਿਆਦਨ ਅੱਲਾ ਤੁਹਾਨੂੰ ਮੇਰੀ ਕੁਰਬਾਨੀ ਪਸੰਦ ਨਹੀਂ ਆਈ ਆਵਾਜ਼-ਏ-ਕੁਦਰਤ ਆਈ ਪਸੰਦ ਆਈ ਹੈ ਲੇਕਿਨ ਮੈਂ ਇਨਸਾਨ ਨੂੰ ਉਤਨੀ ਤਕਲੀਫ ਦੇਣਾ ਜਿੰਨੀ ਉਹ ਬਰਦਾਸ਼ਤ ਕਰ ਲਵੇ ਤੂੰ ਪੁੱਤਰ ਦੀ ਤਕਲੀਫ ਬਰਦਾਸ਼ਤ ਨਹੀਂ ਕਰ ਸਕਿਆ ਅੱਲਾ ਕਿਵੇਂ ਮੈਂ ਤੇ ਪੁੱਤਰ ਦੇ ਗਲ ਤੇ ਛੁਰੀ ਰੱਖ ਲਈ ਆਈ ਆਵਾਜ਼ੇ ਕੁਦਰਤ ਹੈ ਇਬਰਾਹੀਮ ਜੇ ਛੁਰੀ ਰੱਖ ਲਈ ਆਈ ਫਿਰ ਆਪਣੀਆਂ ਅੱਖਾਂ ਤੇ ਪੱਟੀ ਕਿਉਂ ਬੰਨੀ ਆਈ ਤੂੰ ਬਰਦਾਸ਼ਤ ਨਹੀਂ ਕਰ ਸਕਿਆ ਤੂੰ ਪੁੱਤਰ ਦੇ ਹੱਥ ਤੇ ਪੈਰ ਬੰਦੇ ਆਪਣੀਆਂ ਅੱਖਾਂ ਤੇ ਪੱਟੀ ਬੰਦੀ ਬਰਦਾਸ਼ਤ ਨਾ ਕਰ ਸਕਿਆ ਇਸ ਵਾਸਤੇ ਮੈਂ ਇਮਤਿਹਾਨ ਮੁਕਾ ਲਿਆ ਵਫਦੈਨਹੁ ਬਿਜ਼ਹਨ ਅਜ਼ੀਮ ਜਿਹੜੇ ਜ਼ਿਬਹੇ عظیم ਦਾ ਫਿਦਿਆ ਬਣੇ ਨਾ ਉਹ ਪਿਆਦੇ ਨਹੀਂ ਉਹ ਪਿਆਦੇ ਨਹੀਂ 10 ਮੁਹਰਰਮ 1 ਘੜ ਹਿਜਰੀ ਜੁਮੇ ਦਢੀ ਡਲਦੇ ਦੁਪਹਿਰਾਂ ਵੇਲੇ ਬismillah ਡਲਦੇ ਦੁਪਹਿਰਾਂ ਵੇਲੇ ਕਰਬਲਾ ਦੇ ਟਿੱਬੇ ਤੇ ਆਵੇਂ ਸਹੀ ਤੂੰ ਇੱਕ ਇਸਮਾਈਲ ਲੈ ਆਇਆ ਮੈਂ ਇਕੱਤਰ ਲੈ ਆਸਾ ਤੁਮਾ ਕੁਲੁ ਲੁਕਾ ਕੇ ਘਹਿਨਾਏ ਮੇਰੇ ਕੋ ਮਾ ਕੁਲੁ ਮੂੰ ਚੁਮਾ ਕੇ ਟਰਸਨ ਲੋਕਿਆ ਦਿਨ ਤੂ ਪਾਣੀ ਪਿਵਾ ਕੇ ਲੈ ਆਏ ਮੇਰੇ ਤਰੇ ਤਰੇ ਦੀਆਂ ਤੇ ਤੁਸੇ ਹੋਸਨ ਬਸ ਮੁਕਾਵਾਂ ਭਾਈ ਨੂੰ ਇੰਤਜ਼ਾਰ ਨਾ ਕਰਾਵਾਂ ਉਹ ਜ਼ਬਹੇ ﻋظیم ਦਾ ਵਕਤ ਆ ਗਿਆ ਦਾ ਮੁਹਰਮ ਅਕਬਰ ਦੇ ਸਹਰੇ ਪਾਉਣ ਤੋਂ ਪਹਿਲੇ ਅਕਬਰ ਦੀ ਵੇਲ ਕਈ ਹਸਮੀ ਜਵਾਨ ਟਰ ਗਏ ਅਕਬਰ ਦੀ ਵੇਲ ਟੁਰ ਗਏ ਨਾ ਫਿਰ ਅਕਬਰ ਬਿਆਦੇ ਬਾਬਾ 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 ਹੁਣ ਤਾਂ ਇਜਾਜ਼ਤ ਦਿਓ ਹੁਣ ਤਾਂ ਇਜਾਜ਼ਤ ਦਿਓ ਹੁਸੈਨ ਅਦਨ ਅਕਬਰ ਸੋਚ ਕੇ ਮੰਗੇ ਤੇਰੀ ਸ਼ਕਲ ਤਾਂ ਮੇਰੇ ਨਾਨੇ ਨਾਲ ਮਿਲਦੀ ਅਕਬਰ ਮੈਂ ਮਿੰਤਾ ਮੰਗ ਮੰਗ ਕੇ ਅੱਲਾ ਕੋਲੋਂ ਮੈਂ ਨਾਨੇ ਦੀ ਸ਼ਕਲ ਲਈਏ ਤੂੰ ਚਾਹਨੇ ਜੋ ਤੂੰ ਪਿਉ ਦੇ ਜਿੰਦਿਆਂ ਪਿਉ ਤੂੰ ਦੂਰ ਹੋ ਜਾਵੇਂ अद बाबा इजाजत देना इजाजत ओखी सौखी हुसैन बादशाह दीती इजाजत देन तो बाद हुसैन बोल नहीं सके आबादी इशारा करके आदन अकबर टुर जा अकबर टुर लगन न अद बाबा हुक्म सैद आदन मैं इजाजत दे छोड़ी ओ जड़िया पर्दे नो उन्ना नलू इजाजत ले अकबर पहला दूसरा तीसरा कदम चाहे त्रीजा कदम चाह के एक बार वापस कुसैना दिन अकबर वाल क्यों आए अद बाबा हर कें तो इजाजत गिनद सखी माँ तो इजाजत नहीं गिनदा सही अदा दिन क्यों मेरा लाल माँ नाल नाराज आद नाराजगी कोई नहीं बबा जड़ी रात गुजरी है बाबा तज दिन माज़ तू फारग हो बा मुसले तलेटियां बाबा ठंडी हवा गुली मेरी अख लग गई बाबा थोड़ी देर बाद मेरे कन्ना दे कदमा दी आहट महसूस हो बाबा मैं अखा गोलियाँ मेरी माँ दे खुले न चादर डली हुई रो गया दी अकबर सुबह गए तू इजाजत लवे माँ दी तरफों इजाजत अली द धीरा जी हो माँ की तरफों इजाजत आ अच्छा मेरा लाल ओ पालन मां 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 कुल आली माँ द खेमां माँ को इजाजत लया टुर अकबर उठे आए जिथे आलिया है माई आलिया देखे दबारू दे खलो के इसने दखूल पड़े आस अम्मा तो आदे अम्मा जिनू अठार साल बुरकें रही इजाजत दे देे खैमे च लंघ आवे ਅਕਬਰ ਖਿਆਮ ਦੇ ਅੰਦਰੋਂ ਆਏ ਨ ਰੋ ਗਿਆ ਦੇ ਨਮਾ ਮੈਂ ਕਹਿੰਦਾ ਬੁੱਧਰਾ ਬੀਬੀ ਆ ਦੀ ਮੈਂ ਆਲਿਆ ਦਾ ਪੁੱਤਰ ਰੋ ਕੇ ਲੜਕਣਾ ਦਾ ਚਾਹ ਗਿਆ ਦੇ ਮਾ ਉਹ ਕਹਿੰਦਾ ਪੁੱਤਰ ਜਿਨੂੰ 9 ਲੱਖ ਰੁਪਿਆ ਮਰੈਂਦਾ ਰੋ ਗਿਆ ਦੇ ਨ ਬਤੂਲ ਦਾ ਪੁੱਤਰ ਆਈ ਬਤੂਲ ਦਾ ਨਾਮ ਆਇਆ ਕਦਮਾਂ ਤੇ ਹੱਥ ਲਾ ਗਿਆ ਦੇ ਮਾ ਬਤੂਲ ਦਾ ਪੁੱਤਰ ਗਰੀਬ ਹੋ ਗਿਆਈ ਮੈਨੂੰ ਮੌਦੀ ਇਜਾਜ਼ਤ ਦੇ ਕਦਮਾਂ ਤੋਂ ਪੁੱਤਰ ਨੂੰ ਜਾ ਕੇ ਹਾਂ ਦੇ ਨਾਲ ਆ ਗਿਆ ਦੀ ਇਜਾਜ਼ਤ ਰੇ ਨੀਆਂ ਪਰ ਇਤਨਾ ਜਜ਼ਾ ਤੈਨੂੰ ਤਰੀਕੇ ਗਏ ਸਿਖਾਏ

ਦੀ ਕਾਂਡਵੇ ਦਾ ਐ ਸਾਡ ਮਾਰ ਕੇ ਪੁੱਤ ਰਬ بچਾ ਚਾ ਮੇਰੇ ਫਜ਼ਲ ਨੂੰ ਢੋਰ ਉਹ ਮੈਦਾਨ ਦੇ ਪਾਸੇ ਮਸਲਾਂ ਦਾ ਪੁੱਤ ਰਬ بچਾ ਚਾ ਜਾਂਝ ਟੋਰ ਕੇ ਘੇਨਵਾਂਜ ਆਇਓ ਹਲਬ ਦੇ ਪਾਸੇ ਦੀ ਨਖੜੀ ਨੂੰ बार मोहम्मद वाले मोहम्मद सलावत सब तो पहले मैं तमाम अजादारा महात्मिया शुक्र गुज़ार हाँ जेडे मजलूम दफ़ से तशरीफ़ ले आयो उसद जाकिरीन बिलखसूस भाई आलम अब्बास भट्टी साहब इन्होंने मैं मशहूर हाँ कि अपने कीमती वक़्तों टाइम कट के तशरीफ़ लिया है मैं इन्होंने शुक्र गुज़ार हाँ ਪਾਕ ਵੀ ਵੀ ਸਦਾ ਹਜ਼ਰ ਦੇਣ ਸਾਰਿਆਂ ਨੂੰ ਮੈਂ ਸਾਰਿਆਂ ਦਾ ਮਸ਼ਕੂਰ ਹਾਂ ਹੁਣ